ਹਾਂਜੀ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਸੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਮੋਨੋਫਿਲ 골ਡ ਬਾਰੇ ਠੀਕ ਹੈ ਮੈਂ ਚਾਰ ਗੱਟੂ ਅੱਜ ਹੋਰ ਲੈ ਕੇ ਆਇਆ ਤੁਹਾਡੇ ਵਾਸਤੇ ਸੋ ਪਿਛਲੀ ਵੀਡੀਓ ਚ ਮੈਂ ਇਹਦੀ ਅਨਬਾਕਸਿੰਗ ਕੀਤੀ ਸੀ ਤੇ ਤੁਹਾਨੂੰ 8 ਗੱਟੂ ਦਿਖਾਈ ਸੀ ਮੈਂ ਟੋਟਲ ਸੋ ਬਹੁਤ ਵਧੀਆ ਡੋਰ ਨਿਕਲੀ ਹੈ ਫਟਾਫਟ ਵੀਡੀਓ ਸਟਾਰਟ ਕਰਦੇ ਹਾਂ ਰਿਵਿਊ ਵੀ ਦੇਵਾਂਗਾ ਤੁਹਾਨੂੰ ਇਹ ਵੀ ਦੱਸੂਗਾ ओरिजिनल ਡੁਪਲੀਕੇਟ ਕਿਦਾਂ ਪਛਾਣਨੀ ਹੈ ਕਿੰਨੇ ਦੀ ਹੈ ਇਹ ਸਾਰਾ ਕੁਝ ਦੱਸੂਗਾ ਵੀਡੀਓ ਐਂਡ ਤੱਕ ਦੇਖਿਓ ਠੀਕ ਹੈ ਜੀ ਸਟਾਰਟ ਕਰਦੇ ਹਾਂ ਵੀਡੀਓ ਵੀਡੀਓ ਸਟਾਰਟ ਕਰਦੇ ਆਂ ਪਹਿਲਾਂ ਮੈਂ ਤੁਹਾਨੂੰ ਦਿਖਾਣਾ ਵੀ ਕਿਹੜਾ ਕਿਹੜਾ ਕਲਰ ਲੈ ਕੇ ਆਇਆ ਮੈਂ ਇਸ ਵਾਰੀ ਠੀਕ ਹੈ ਆਹ ਦੇਖ ਸਕਦੇ ਹੋ ਬਲੈਕ ਕਲਰ ਇੱਕ ਤਾਂ ਦੂਜਾ ਦੇਖਦੇ ਆਂ ਦੂਜਾ ਹੈਗਾ ਜੀ ਗ੍ਰੇ ਕਲਰ ਬਹੁਤ ਹੀ ਪਿਆਰਾ ਕਲਰ ਹੈ ਇਹ ਵੀ ਠੀਕ ਹੈ ਸੋ ਤੀਜਾ ਕਲਰ ਹੈ ਆਪਣੇ ਕੋਲ orange ਇਹ ਵਾ orange ਫੇਰ ਤੋਂ ਆ ਗਿਆ ਚਲੋ ਕੋਈ ਗੱਲ ਨਹੀਂ orange ਕਲਰ ਬਹੁਤ ਵਧੀਆ ਤੇ ਚੌਥਾ ਫੇਰ ਬਲੈਕ ਆਪਣੇ ਕੋਲ ਗ੍ਰੇ ਕਲਰ ਜ਼ਿਆਦਾ ਵਧੀਆ ਲੱਗਿਆ ਖੋਲੂਗਾ ਨਹੀਂ ਮੈਂ ਇਹ ਕੋਈ ਵੀ ਕਿਉਂਕਿ ਪਿਛਲੀ ਵਾਰ ਇੱਕ ਗੱਟੂ ਮੈਂ ਖੋਲਦਾ ਸੀ ਪਹਿਲਾਂ ਹੀ ਇਹ ਹੀ ਨਹੀਂ ਮੁੱਕਿਆ ਡੋਰ ਬਹੁਤ ਵਧੀਆ ਵਾ ਇੱਕ ਪਤੰਗ ਨਾਲ ਆਰਾਮ ਨਾਲ ਪੰਜ ਛੇ ਪਤੰਗ ਵੱਡੇ ਜਾ ਰਹੇ ਆ ਆਰਾਮ ਨਾਲ ਤੇ ਜੇ ਕਿਸੇ ਨੇ ਵੀ ਲੈਣੀ ਆ ਤਾਂ ਮੈਂ ਆ ਸਕਰੀਨ ਦੇ ਇੰਸਟਾਗ੍ਰam ਆਈਡੀ ਆ ਰਹੀ ਹੈ ਠੀਕ ਹੈ ਬਈ ਇਹਤੇ ਗੱਲ ਕਰ ਲੋ ਕਮੈਂਟ ਦੇ ਵਿੱਚ ਕਿਉਂਕਿ ਯਾਰ ਸਾਰਿਆਂ ਨੂੰ ਜਵਾਬ ਨਹੀਂ ਮਿਲ ਪਾਂਦਾ ਫੋਲੋ ਕਰ ਲੋ ਇਸ ਆਈਡੀ ਦੇ ਤੇ ਜੋ ਵੀ ਕੁਝ ਪੁੱਛਣਾ ਪੁੱਛ ਲੋ ਇਹ ਮੈਨੂੰ 300 ਦੀ ਪਈ ਹੈ ਤੁਹਾਨੂੰ ਵੀ ਮੈਂ ਵਧੀਆ ਰੇਟ ਤੇ ਦਿਲਵਾ ਦੂੰਗਾ ਜੇ ਤੁਸੀਂ ਜ਼ਿਆਦਾ ਪੀਸ ਟਕਣੇ ਹੋਏ ਤਾਂ ਮੈਂ ਤੁਹਾਨੂੰ ਹੋਰ ਵੀ ਸਸਤੀ ਦਿਲਵਾ ਦੂੰਗਾ ਠੀਕ ਹੈ ਜੋ ਵੀ ਬੈਸਟ ਪ੍ਰਾਈਸ ਹੋਇਆ ਦਿਲਵਾ ਦੂੰਗਾ ਮੈਂ ਠੀਕ ਹੈ ਸੋ ਰਿਵਿਊ ਦੀ ਗੱਲ ਕਰਦੇ ਹਾਂ ਡੋਰ ਬਹੁਤ ਵਧੀਆ ਵਾ ਤਿੱਖੀ ਡੋਰ ਨਿਕਲੀ ਇਹ ਆ ਦੇਖੋ ਇੱਕ ਪਤੰਗ ਚੜਾਇਆ ਸੀ ਮੈਂ ਤੇ 6-7 ਪਤੰਗ ਬਰਡ ਵੀ ਦਿੱਤੇ ਸੀ ਠੀਕ ਹੈ ਫਿਲਹਾਲ ਮੇਰੇ ਥੋੜੇ ਪੇਪਰ ਚੱਲ ਰਹੇ ਤਾਂ ਮੈਂ ਰੋਜ਼-ਰੋਜ਼ ਵੀਡੀਓ ਲੈ ਆ ਨਹੀਂ ਪਾਰਿਆ ਤੁਸੀਂ ਵੀ ਸਾਰੇ ਸਮਝਦਾਰ ਹੋ ਹਨਾ ਬਾਕੀ ਜੋ ਵੀ ਡੋਰ ਆਣਗੀ origignal ਵੀ ਹੋਊਗੀ duplicate ਹੋਊਗੀ ਸਾਰਿਆਂ ਦੀ ਵੀਡੀਓ ਮੈਂ ਲੈ ਕੇ ਤਾਂ ਆਉਂਗਾ ਹੀ ਤੁਹਾਡੇ ਵਾਸਤੇ ਠੀਕ ਹੈ ਬਾਕੀ ਇਹ ਗੱਟੂ ਦਾ ਪੁੱਛਦੇ ਸੀ ਵੀ origignal ਹੈ ਕਿ duplicate ਹੈ ਭਾਈ ਇਹ ਲੋਕਲ ਡੋਰ ਹੈ ਠੀਕ ਹੈ origignal ਨਹੀਂ ਹੈ ਇਹ ਠੀਕ ਹੈ origignal ਦਾ ਰੇਟ ਤਾਂ ਦੇਖੋ 6700 ਰੁਪਏ ਤੱਕ ਜਾਂਦਾ ਇੱਕ ਗੱਟੂ ਦਾ ਠੀਕ ਹੈ ਇਹਦਾ ਰੇਟ ਹੈ 300 ਰੁਪਏ origignal ਇਹ ਤਾਂ ਡਬਲ ਹੈ ਮਤਲਬ ਜਿੰਨੇ ਚ ਇਹ ਚਾਰ ਆਂਦੇ ਹਨਾ ਉੰਨੇ ਚ ਉਹ ਦੋ ਪੀਸ ਆਣਗੇ ਸਿਰਫ ਠੀਕ ਹੈ ਬਾਕੀ ਡੋਰ ਇਹ ਵੀ ਮਾੜੀ ਨਹੀਂ ਠੀਕ ਹੈ ਕਿਉਂਕਿ ਭਾਈ ਨਹੀਂ ਵੀ ਖਰਚ ਸਕਦੇ ਗਈ ਲੋਕੀ ਕਹਿੰਦੇ ਵੀ ਅਸੀਂ ਤਾਂ ਟਾਈਮ ਪਾਸ ਹੀ ਕਰਨਾ ਆ ਹਫਤੇ 10 ਦਿਨ ਨਹੀਂ ਉਡਾਣਾ ਹੁੰਦਾ ਅਸੀਂ ਤਾਂ ਤੋ ਕਈ ਸਰ ਜ਼ਿਆਦਾਤਰ ਡੋਰ ਲੋਕੀ ਇਹੀ ਲੈਂਦੇ ਆ ਪਰ ਠੀਕ ਹੈ ਚਲੋ ਜਿਨੇ ओरिजिनल ਲੈਣੀ ਆ ओरिजिनल ਵੀ ਦਿਲਵਾ ਦਾਂਗੇ ਡੁਪਲੀਕੇਟ ਵੀ ਦਿਲਵਾ ਦਾਂਗੇ ਕੋਈ ਅਸੀਂ ਗੱਲ ਨਹੀਂ ਠੀਕ ਹੈ ਬਾਕੀ ਰਿਵਿਊ ਦੀ ਮੈਂ ਗੱਲ ਕਰਾਂ ਡੋਰ ਬਹੁਤ ਵਧੀਆ ਨਿਕਲੀ ਇਹ ਤੇ ਵੇਟ ਯਾਰ ਵੇਟ ਇਸ ਗੱਟੂ ਦਾ ਹੋਣਾ ਮੇਰੇ ਹਿਸਾਬ ਨਾਲ 500 ਗ੍ਰਾਮ ਤੱਕ ਤਾਂ ਹੋਊਗਾ ਠੀਕ ਹੈ ਬਾਕੀ ਕਈ ਲੋਕੀ ਕਹਿੰਦੇ ਵੀ ਕਿਲੋ ਦਾ ਗੱਟੂ ਕਿਲੋ ਦਾ ਗੱਟੂ ਕੋਈ ਨਹੀਂ ਆਂਦਾ ਹੈਗਾ ਠੀਕ ਆ ਪੂਰਾ ਭਰਿਆ ਹੋਇਆ ਇਹਦਾ weight ਵੀ ਕਿਲੋ ਨਹੀਂ ਹੋਣਾ ਠੀਕ ਹੈ ਨਾ ਆ ਦੇਖੋ ਪੂਰਾ ਭਰਿਆ ਹੋਇਆ ਹੈ ਨਾ ਇਹ ਉੱਪਰ ਤੱਕ ਭਰਿਆ ਹੋਇਆ ਤੇ ਆ ਬ੍ਰਾਊਨ ਵੀ ਦੇਖ ਲਓ ਮੇਰੇ ਵਾਲਾ ਵੀ ਕਿੰਨਾ ਭਰਿਆ ਹੋਇਆ ਹੈ ਨਾ ਸੋ 700 ਗ੍ਰਾਮ ਦਾ ਤਾਂ ਕੋਈ ਹੁੰਦਾ ਹੀ ਨਹੀਂ ਕਿਲੋ ਦਾ ਤਾਂ ਕੋਈ ਹੁੰਦਾ ਹੀ ਨਹੀਂ ਹੱਦੋਂ ਹੱਦ ਇਹ 650 ਗ੍ਰਾਮ ਜਾਂ 700 ਗ੍ਰਾਮ ਤੱਕ ਹੋਊਗਾ ਮੈਕਸਿਮਮ ਠੀਕ ਹੈ ਕਈਆਂ ਚ ਡੋਰ ਘੱਟ ਵੀ ਹੁੰਦੀ ਆ ਆ ਦੇਖੋ ਸੋ ਇਦਨਾ ਕੋਈ ਨਹੀਂ ਹੁੰਦਾ ਪੇਟੀ ਜੀ ਨਿਕਲੇ ਆ ਹੁਣ ਆਵੇ ਇੱਕੋ ਹੀ ਪੇਟੀ ਚ ਨਿਕਲੇ ਤੇ ਅਹ ਵੀ ਇੱਕੋ ਹੀ ਪੇਟੀ ਚ ਨਿਕਲੇ ਸੋ ਵੇਟ ਦੇ ਹਿਸਾਬ ਨਾਲ ਤਾਂ ਪੇਟੀ ਮਿਲਦੀ ਆ ਗੱਟੂ ਨਹੀਂ ਮਿਲਦਾ ਠੀਕ ਹੈ ਨਾ ਹੁਣ ਪੇਟੀ ਚੋ ਹੀ ਨਿਕਲੇ ਆ ਵੀ ਦੇਖੋ ਹੁਣ ਇਹਦੇ ਚ ਥੋੜੀ ਜ਼ਿਆਦਾ ਡੋਰ ਆ ਇਹਦੇ ਚ ਥੋੜੀ ਜੀ ਘਟ ਆ ਸੋ ਉਹ ਜ਼ਿਆਦਾ ਮੈਟਰ ਨਹੀਂ ਹੁੰਦਾ ਠੀਕ ਹੈ ਪੇਟੀ ਚੋ ਹੀ ਨਿਕਲੇ ਹੋਏ ਆ ਇਹ ਇੱਕੋ ਹੀ ਪੇਟੀ ਚੋ ਸਾਰੇ ਗੱਟੂ ਨਿਕਲੇ ਹੋਏ ਆ ਠੀਕ ਹੈ ਜੀ ਬਾਕੀ ਯਾਰ ਚੈਨਲ ਸਬਸਕ੍ਰਾਈਬ ਕਰ ਦੋ ਸਬਸਕ੍ਰਾਈਬਰ ਵਧਾਓ ਯਾਰ ਸਬਸਕ੍ਰਾਈਬਰ ਵਧ ਨਹੀਂ ਦੇ ਵਿਊਜ਼ ਵੀ ਤੁਸੀਂ ਸਪੋਰਟ ਇਸ ਵਾਰੀ ਹੈ ਨਹੀਂ ਇੰਨੀ ਸਪੋਰਟ ਦਿਖਾਓ ਯਾਰ ਤੁਹਾਡੇ ਵਾਸਤੇ ਆ ਇੰਨੇ ਹੁਣ ਮੈਂ ਇੱਕ ਬੰਦਾ ਦਾ ਕਿੰਨੇ ਗੱਟੂ ਡਾਲੂਗਾ ਠੀਕ ਆ ਤੁਹਾਨੂੰ 12 ਗੱਟੂ ਮੈਂ ਦਿਖਾ ਚੁੱਕਿਆ ਸਪੋਰਟ ਦਿਖਾਓ ਆਪਣੀ ਤਾਂ ਕਿ ਅੱਗੇ ਚੱਲ ਕੇ ਗਿਵ ਅਵੇ ਵੀ ਲੈ ਕੇ ਆਈਏ ਹੋ ਸਕਦੇ ਆ 5-6 ਗੱਟੂ ਦਾ ਗਿਵ ਅਵੇ ਵੀ ਕਰ ਦਵਾਂ ਮੈਂ ਠੀਕ ਆ ਸੋ ਸਬਸਕ੍ਰਾਈਬ ਕਰ ਦਿਓ ਮੇਰਾ ਵੀਰ ਯਾਰ ਦੇਖ ਕੇ ਨਾ ਠੀਕ ਆ ਫ੍ਰੀ ਆ ਕੋਈ ਪੈਸੇ ਤਾਂ ਲੱਗਣੇ ਨਹੀਂ ਤੁਹਾਡੇ ਤੇ ਲਾਈਕ ਵੀ ਕਰ ਦਿਆ ਕਰੋ ਵੀਡੀਓ ਜੇ ਚੰਗੀ ਲੱਗੇ ਠੀਕ ਆ ਜੀ ਥੈਂਕ ਯੂ ਹੁਣ ਅਗਲੀ ਵੀਡੀਓ ਚ ਮਿਲਦੇ ਆਂ